ਬਾਪੂ ਜੀ ਤੁਹਾਨੂੰ ਤਾਂ ਪਤਾ ਹੀ ਆ ਮੇਰੇ ਦੋ ਬੱਚੇ ਨੇ ਅਤੇ ਮਹਿੰਗਾਈ ਵੀ ਬਹੁਤ ਵੱਧ ਗਈ ਆ। ਹਾਂ ਤਾਂ ਮੈਨੂੰ ਪਤਾ ਹੀ ਆ, ਇਹਦੇ 'ਚ ਦੱਸਣ ਦੀ ਕੀ ਲੋੜ ਆ। ਨਹੀਂ ਨਹੀਂ ਬਾਪੂ ਜੀ, ਮੇਰਾ ਮਤਲਬ ਗੁਜ਼ਾਰਾ ਔਖਾ ਹੋ ਗਿਆ ਆ, ਬੱਚੇ ਵੱਡੇ ਹੋਈ ਜਾਂਦੇ ਆ ਨਾ। ਪੁੱਤ ਤਿੰਨੇ ਟਾਈਮ ਰੋਟੀ ਖਾਈਦੀ ਆ, ਹੋਰ ਗੁਜ਼ਾਰਾ ਕਿੱਦਾਂ ਹੋਣਾ ਆ। ਉਹ ਬਾਪੂ ਜੀ ਤੁਸੀਂ ਸਮਝ ਨਹੀਂ ਰਹੇ। ਪੁੱਤ ਸਮਝ ਤਾਂ ਮੈਂ ਰਿਹਾ ਹਾਂ, ਪਰ ਜੋ ਤੇਰੇ ਦਿਮਾਗ 'ਚ ਚੱਲ ਰਿਹਾ ਆ ਨਾ, ਉੱਦਾਂ ਨਹੀਂ ਹੋਣਾ। ਉਹ ਮੈਂ ਨਹੀਂ ਰਹਿ ਸਕਦਾ ਹੁਣ ਜੁਆਇੰਟ ਫੈਮਿਲੀ 'ਚ, ਅਲੱਗ ਕਰ ਦਿਓ ਮੈਨੂੰ, ਨਾਲੇ ਛੋਟੇ ਨੂੰ ਵੀ ਬੁਲਾ ਲਓ, ਹੁਣੇ ਫੈਸਲਾ ਕਰ ਦਿਓ। ਜੋਬਨ ਇੱਧਰ ਆ ਪੁੱਤ। ਹਾਂਜੀ ਬਾਪੂ ਜੀ। ਬੈਠ, ਆ ਤੇਰੇ ਨਾਲ ਕੀਤੀ ਗੱਲ ਇਹਨੇ ਅਲੱਗ ਹੋਣ ਬਾਰੇ? ਹਾਂਜੀ ਬਾਪੂ ਜੀ ਕੀਤੀ ਸੀਗੀ, ਮੇਰਾ ਵੀ ਹੁਣ ਵਿਆਹ ਹੋ ਗਿਆ ਆ, ਅਲੱਗ ਹੀ ਕਰ ਦਿਓ ਤਾਂ ਚੰਗੀ ਗੱਲ ਆ। ਮੈਂ ਤਾਂ ਪਹਿਲਾਂ ਹੀ ਕਿਹਾ ਸੀ ਕਿ ਨਿੱਕਾ ਵੀ ਇਹੀ ਚਾਹੁੰਦਾ ਆ। ਵੀਰ ਉਹ ਤਾਂ ਠੀਕ ਆ, ਪਰ ਇੱਕ ਗੱਲ ਮੈਂ ਦੱਸ ਦਿੰਦਾ, ਅੰਮ੍ਰਿਤਸਰ ਵਾਲਾ ਘਰ ਮੈਂ ਰੱਖੂੰਗਾ, ਮੈਂ ਇੱਥੇ ਪਿੰਡ 'ਚ ਨਹੀਂ ਰਹਿ ਸਕਦਾ, ਮੈਂ ਉੱਥੋਂ ਅੱਜ ਹੀ ਕਿਰਾਏਦਾਰ ਬਾਹਰ ਕਢਵਾ ਦਿੰਦਾ ਹਾਂ, ਮੈਂ ਉੱਥੇ ਹੀ ਸ਼ਿਫਟ ਹੋਣਾ ਆ। ਉਹ ਛੋਟੇ ਮੈਂ ਤਾਂ ਆਪਣੇ ਪਿੰਡ ਵਿੱਚ ਰਹਿਣਾ, ਇਹ ਘਰ ਵੇਚ ਕੇ ਮੈਂ ਵੀ ਸ਼ਹਿਰ ਚਲੇ ਜਾਣਾ ਆ। ਹਾਂਜੀ ਵੀਰ ਜੀ, ਨਾਲੇ ਬੇਬੇ ਬਾਪੂ 6 ਮਹੀਨੇ ਮੇਰੇ ਕੋਲ ਰਹਿ ਲਿਆ ਕਰਨਗੇ, 6 ਮਹੀਨੇ ਤੁਹਾਡੇ ਕੋਲ ਰਹਿ ਲਿਆ ਕਰਨਗੇ। ਬਿਲਕੁਲ ਸਹੀ ਫੈਸਲਾ ਲਿਆ ਆ ਤੁਸੀਂ। ਫੈਸਲਾ ਇਹ ਨਹੀਂ ਆ ਪੁੱਤ, ਫੈਸਲਾ ਹੁਣ ਮੈਂ ਕਰੂੰਗਾ ਤੁਹਾਨੂੰ ਦੋਵਾਂ ਨੂੰ ਘਰ 'ਚੋਂ ਬਾਹਰ ਕੱਢ ਕੇ। ਤੁਸੀਂ ਦੋਵੇਂ ਜਾਣੇ ਮੇਰੇ ਕੋਲ 6-6 ਮਹੀਨੇ ਆ ਕੇ ਇੱਥੇ ਰਹੋ, ਅਤੇ 6 ਮਹੀਨੇ ਆਪਣਾ ਹੋਰ ਜਿੱਥੇ ਮਰਜ਼ੀ ਇੰਤਜ਼ਾਮ ਕਰੋ, ਇਹ ਜਾਇਦਾਦ ਮੇਰੀ ਆ, ਤੁਹਾਡੀ ਦੋਵਾਂ ਦੀ ਨਹੀਂ ਆ, ਇਹ ਮੈਂ ਆਪਣੀ ਮਿਹਨਤ ਨਾਲ ਕਮਾਈ ਆ। ਸਾਨੂੰ ਮਾਫ਼ ਕਰ ਦਿਓ ਦੋਵਾਂ ਨੂੰ, ਸਾਨੂੰ ਰਲ ਮਿਲ ਕੇ ਰਹਿਣਾ ਚਾਹੀਦਾ ਆ, ਆਖਰ ਪੁੱਤ ਹੁੰਦੇ ਹੀ ਮਾਂ ਬਾਪ ਦੀ ਸੇਵਾ ਲਈ ਨੇ। ਅਸੀਂ ਦੋਵਾਂ ਨੇ ਬਿਲਕੁਲ ਗਲਤ ਫੈਸਲਾ ਲਿਆ ਸੀ, ਅਸੀਂ ਹੁਣ ਤੁਹਾਡੇ ਨਾਲ ਇਕੱਠੇ ਰਹਾਂਗੇ ਬਾਪੂ ਜੀ, ਸਾਨੂੰ ਪਲੀਜ਼ ਮਾਫ਼ ਕਰ ਦਿਓ। ਹਾਂ ਪੁੱਤ, ਮੁੜ ਕੇ ਕਦੀ ਵੀ ਅੱਡ ਹੋਣ ਦੀ ਗੱਲ ਨਾ ਕਰਿਓ। ਅਖਬਾਰ ਵੀ ਨਹੀਂ ਪੜ੍ਹਨ ਦਿੰਦੇ ਨਿਆਣੇ, ਹੋਰ ਹੀ ਮਸਲੇ ਲੈ ਕੇ ਆ ਜਾਂਦੇ ਆ। ਹਾਂਜੀ, ਉਮੀਦ ਕਰਦੇ ਹਾਂ ਤੁਹਾਨੂੰ ਇਹ ਵੀਡੀਓ ਬਹੁਤ ਵਧੀਆ ਲੱਗੀ ਹੋਵੇਗੀ। ਜੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਸਾਨੂੰ ਯੂਟਿਊਬ 'ਤੇ ਸਬਸਕ੍ਰਾਈਬ ਕਰ ਸਕਦੇ ਹੋ, ਐਂਡ ਇੰਸਟਾਗ੍ਰਾਮ ਐਂਡ ਟਿਕਟੋਕ 'ਤੇ ਵੀ ਫੋਲੋ ਕਰ ਸਕਦੇ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।